जनाब राणा साहब भी चंडीगढ़ की स्टेज तो बोलियो के आ बैठा लुड्डू इन हाथ लाकर दिखाओ तुसी ने दिल्ली की पुलिस नु चार्ज किया है। मैं तो आज भी कहना भी आ बैठा लुड्डू हाथ लाके ओ भी जुड़े जी पाजो नोट सुन जुड़े जी पाजो दिल्ली की पुलिस जे छोटे पिंड की छत च बैठ गए मैं जगेंद्र वगैरह कह के नंबर आयो ऐलान कर दो कि जे कोई भी पुलिस पंजाब की हो चाहे दिल्ली की हो साडे पिंड च नहीं बढ़नी चाहिए। छब्बी की घटना कोई जान तक वापरी हुई घटना नहीं है वो एक स्कीम सी एक प्लान सी ਉਹਦੇ ਵਿੱਚ ਇੱਕ ਗਰੁੱਪ ਸੀ ਇੱਕ ਥੜਾ ਸੀ ਜਿਹੜਾ ਹਾਕਮਾਂ ਦੇ ਕਹਿਣੇ ਤੇ ਕੰਮ ਕਰਦਾ ਸੀ। ਜਦੋਂ ਕਿਸਾਨ ਜਥੇ ਦੀ ਐਕਟ ਬਹੋਈਆਂ ਨੇ ਉਹ ਬਕਾਇਦਾ ਉਸੇ ਦਿਨ ਤੋਂ ਵੱਖਰੀ ਸਟੇਜ ਸੀ ਉਹਦੀ ਵੱਖਰੀ ਲੇਨ ਸੀ ਉਹਦਾ ਵੱਖਰਾ ਪ੍ਰੋਗਰਾਮ ਸੀ ਉਹ 26 ਨਵੰਬਰ ਤੋਂ ਵੀ ਸ਼ੁਰੂ ਹੋਇਆ ਉਸੇ ਦੇ ਨਾਕੇ ਤੋੜੇ ਨੇ ਸਾਰੇ ਆ ਸਾਰੇ ਆਗੂਆਂ ਦੇ ਪੱਤੇ ਦਰਜ ਨੇ मजबूर किया धमक पैनी चाहिए जंग भी जिता गए एक अगली जंग है इस भी वही जंग है ਉਹ ਜੰਗ ਦੇ ਵਿੱਚ ਹਿੱਸਾ ਵੀ ਪਾਵਾਂਗੇ ਤੇ ਉਹ ਜੰਗ ਨੂੰ ਜਿੱਤ ਤੱਕ ਵੀ ਲੈ ਕੇ ਜਾਵਾਂਗੇ। ਜਿੰਦਾਬਾਦ ਜਿੰਦਾਬਾਦ ਰਾਹੋ ਸਾਹਿਬ ਜਿੰਦਾਬਾਦ 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 ਪੰਜਾਬ ਦੀ ਧਰਤੀ ਤੇ ਜਾਇਓ ਤੇ ਮੇਰੀ ਬਹਾਦਰ ਭੈਣੋ ਸੱਚਮੁੱਚ ਤੁਸੀਂ ਆਪਣੀ ਮਾਂ ਧਰਤੀ ਦੀ ਗੋਦੀ ਰਾਖੀ ਕੀਤੀ ਹੈ ਉਹਦੇ ਤਿਆਰ ਦੀ ਤੁਸੀਂ ਹਾਕਮਾਂ ਦੇ ਉਸ ਹੱਲੇ ਦਾ ਇੱਕ ਮੋੜਵਾਂ ਜਵਾਬ ਦਿੱਤਾ ਹੈ ਕਿ ਜਿਹਦੇ ਤੋਂ ਉਹ ਤੁਹਾਡੀ ਮਾਂ ਖੋਣ ਜਾ ਰਹੇ ਸੀ ਤੁਹਾਡੇ ਬੱਚਿਆਂ ਦੀ ਰੋਟੀ ਖੋਣ ਜਾ ਰਹੇ ਸੀ ਛੋਡੇ ਇਸ 9 ਮਹੀਨਾ ਦੇ ਅੰਦੋਲਨ ਨੇ दुकाना बंद कीतिया ने जेड़ा दिन दहाड़े लोकां दीआं जेबां कटदीआं सी तुसी दस्सिया तुसी शिनाख्त कीती है शनाख्त की है जिन्हें आड्या की राखी मोदी हुकूमत ने कानून करते चाहे शीलो गोदाम हो चाहे बड़े बड़े मॉल हो चाहे टोल प्लाजे हो चाहे रिलायंस के पंप हो राखी कर दिया ਤੁਸੀਂ ਆਪਦੀ ਵਿਰਾਸਤ ਨੂੰ ਪਛਾਣਿਆ ਹੈ ਤੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉੱਠੀ ਹੈ ਇੱਕ ਜੁੱਟ ਹੋਈ ਹੈ ਤੇ ਇੱਕ ਜੁੱਟ ਹੋਈ ਹਾਕਮਾਂ ਨੂੰ ਇਹ ਜੁੜੇ ਹੋਏ ਸਿਰ ਕਦੇ ਨਹੀਂ ਭਾਉਂਦੇ ਹੁੰਦੇ ਦੋਸਤੋ ਆ ਜਦੋਂ ਸਿਰ ਜੁੜ ਗਏ ਇਹ ਮੂਵਮੈਂਟ ਉੱਠੀ ਤਾਂ ਇਸ ਮੂਵਮੈਂਟ ਦੇ ਵਿੱਚ ਜਦੋਂ ਦਿੱਲੀ ਦਾ ਐਲਾਨ ਹੋ ਗਿਆ ਵੀ ਦਿੱਲੀ ਘੇਰਨੀ ਹੈ ਉਦੋਂ ਇੱਕ ਚੰਗਿਆਰੀ ਛੱਡੀ ਹੈ ਵਿੱਚ ਹਾਕਮਾਂ ਨੇ ਜਿਹੜਾ ਵਾਰ ਵਾਰ ਸਵਾਲ ਕਰਦਾ ਮੀਡੀਆ ਵੀ 26 ਦੀ ਘਟਨਾ ਕੀ ਵਾਪਰੀ ਹੈ 26 ਦੀ ਘਟਨਾ ਕੋਈ ਜਾਣ ਤੱਕ ਵਾਪਰੀ ਹੋਈ ਘਟਨਾ ਨਹੀਂ ਹੈ ਉਹ ਇੱਕ ਸਕੀਮ ਸੀ ਇੱਕ ਪਲਾਨ ਸੀ ਉਹਦੇ ਵਿੱਚ ਇੱਕ ਗਰੁੱਪ ਸੀ ਇੱਕ ਥੜਾ ਸੀ ਜਿਹੜਾ ਹਾਕਮਾਂ ਦੇ ਕਹਿਣੇ ਤੇ ਕੰਮ ਕਰਦਾ ਸੀ ਜਿਹਦਾ ਆਪਦਾ ਵੱਖਰਾ ਪ੍ਰੋਗਰਾਮ ਸੀ ਜਿਹੜਾ ਵੱਧ ਘਰਾਂ ਦੀ ਗੱਲ ਕਰਦਾ ਸੀ ਜਿਹੜਾ ਅਨੰਦਪੁਰ ਸਾਹਿਬ ਦੇ ਮੱਲੇ ਦੀ ਗੱਲ ਕਰਦਾ ਸੀ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਸੀ ਉਹ ਗਰੁੱਪ ਸੀਗਾ ਉਹ ਬਕਾਇਦਾ ਉਸੇ ਦਿਨ ਤੋਂ ਐਕਟਿਵ ਹੈ ਜਦੋਂ ਕਿਸਾਨ ਜਥੇ ਦੀ ਐਕਟਿਵ ਹੋਈਆਂ ਨੇ ਉਹ ਬਕਾਇਦਾ ਉਸੇ ਦਿਨ ਤੋਂ ਵੱਖਰੀ ਸਟੇਜ ਸੀ ਉਹਦੀ
26 नवंबर तो भी शुरू होया, उसे ने नाके तोड़े ने सारे किसान जथेबंदियों का कोई प्रोग्राम सी 26 तो कहां जान दा। एक बारी जब पुलिस ने रोक ले उसे कट्ठे होण दा सारेयां दा सी, पर 26 नवंबर नु जिहड़े नाके तोड़े ने उस ग्रुप ने कहा, मैं एक नौजवान बोलता सुनया स्टेज तो किसान जथेबंदियों नु गाला कढ़दा भी सुनया कि सोनू दिल्ली लेके आने वाले असि आ, हुण सोनू दिल्ली लिआंदा ਹੋਰ ਤੁਸੀਂ ਸਾਨੂੰ ਐ ਕਹਿੰਦੇ ਹੋ। ਇੱਕ ਸਟੇਟ ਤੋਂ 25 ਤਰੀਕ ਨੂੰ ਬੋਲਿਆ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਟਰੈਕਟਰ ਤੇ ਤਿੰਨ ਬੰਦੇ ਹੋਣਗੇ। ਇੱਕ ਬੰਦਾ ਸਟੇਟ ਤੋਂ ਬੋਲਦਾ ਸੁਣਿਆ 25 ਤਰੀਕ ਨੂੰ ਕਿ ਮੈਂ ਆਪਣੇ ਟਰੈਕਟਰ ਤੇ 5 ਬੰਦੇ ਬਿਠਾਉਂਗਾ। ਕਿਹੜਾ ਸਾਰਾ ਹੁੰਦਾ ਜਿਹੜਾ ਮੇਰੇ ਟਰੈਕਟਰ ਤੇ 5 ਬੰਦਿਆਂ ਨੂੰ ਬੈਠਣ ਤੋਂ ਰੋਕੂਗਾ। ਇਹ ਜਥੇਬੰਦੀਆਂ ਨੇ ਹੇਜ ਦੀ ਗੱਲ ਸੀ ਬਾਈ, ਇਹ ਜਥੇਬੰਦੀਆਂ ਨੇ ਇਕਲੋਟਾ ਦੀ ਗੱਲ ਸੀ। ਮੈਂ ਇੱਕ ਰੋਡ ਤੇ ਜਾਊਂਗਾ, ਮੈਂ ਲਾਲ ਕੇ ਤੇ ਜਾਊਂਗਾ, ਮੈਂ ਬਗਾਚਾ ਵਿੱਚ ਜਾਊਂਗਾ। ਇਹ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਬਈ, ਇਹ ਜਥੇਬੰਦੀਆਂ ਨੇ ਦਿੱਤਾ ਸੀ ਪ੍ਰੋਗਰਾਮ। ਜਿਹੜੇ ਕਹਿੰਦੇ ਨੇ ਅਸੀਂ ਤਾਂ ਕਿਸਾਨਾਂ ਦੇ ਲੀਡਰ ਦੀ ਇੱਜ਼ਤ ਕਰਦੇ ਆ, ਅਸੀਂ ਇਹ ਕਿਸਾਨ ਜਥੇਬੰਦੀਆਂ ਨੂੰ ਸੁਣਦੇ ਹੋਏ ਲੀਡਰ ਦੇ ਮਗਰ ਚੱਲਦੇ ਆ। ਇਹ ਮਗਰ ਚੱਲਣ ਦੀ ਗੱਲ ਸੀ ਬਾਈ, ਇਹ ਮਗਰ ਆਏ ਸੀ ਸਾਡੇ ਕੋਲ। ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਉਹ ਗਲਤ ਹੋ ਗਿਆ ਜਾਂ ਠੀਕ ਹੋ ਗਿਆ। ਰਿੰਗ ਰੋਡ ਨਹੀਂ ਮਿਲੀ, ਜਿੱਧਰ ਨੂੰ ਮਾਰਚ ਕੀਤਾ ਉਧਰ ਨੂੰ ਅਸੀਂ ਮਾਰਚ ਕੀਤਾ, ਜਿੱਧਰ ਨੂੰ ਸਰਕਾਰ ਦੇ ਤੋਰੇ ਅਸੀਂ ਜਾਣ ਨੂੰ ਤਿਆਰ ਹੋਏ ਆ। ਅਸੀਂ ਤੁਹਾਨੂੰ ਬਚਾਉਣ ਦੀ ਖਾਤਰ, ਅਸੀਂ ਧੀਆਂ ਪੁੱਤਾਂ ਨੂੰ ਮਰਾਉਣ ਦੀ ਖਾਤਰ ਤਾਂ ਨਹੀਂ ਲੈ ਕੇ ਗਏ ਦਿੱਲੀ ਬਾਈ, ਅਸੀਂ ਤੁਹਾਡਾ ਕਤਲ ਕਰਨ ਵਾਸਤੇ ਦਿੱਲੀ ਲੈ ਕੇ ਗਏ, ਅਸੀਂ ਆਪਣੇ ਬੱਚਿਆਂ ਦੀ ਰੋਟੀ ਦੀ ਖਾਤਰ ਦਿੱਲੀ ਲੈ ਕੇ ਗਏ ਆ। ਅਸੀਂ ਉਹ ਫਾਰਸੀਵਾਦੀ ਹਕੂਮਤ ਨੂੰ ਇਹ ਮੌਕਾ ਦੇ ਦਈਏ ਵੀ ਸਾਡੇ ਬੱਚਿਆਂ ਨੇ ਸਿੱਧੀਆਂ ਗੋਲੀਆਂ ਮਾਰ ਦੇ, ਇਹਨਾਂ ਨੂੰ ਖਾਲਿਸਤਾਨੀ ਬਣ ਕੇ ਇਹਨਾਂ ਨੂੰ ਲਕਸਰ ਵਾਲੀਆਂ ਕਹਿ ਕੇ ਤੂੰ ਗੋਲੀਆਂ ਮਾਰ ਦੇ, ਦੇ ਦਈਏ ਮੌਕਾ ਦਿੱਲੀ ਦੀ ਹਕੂਮਤ ਨੂੰ। ਅਸੀਂ ਇਹ ਕਰ ਦਈਏ ਇਸ ਅੰਦੋਲਨ ਨੂੰ ਫੇਲ, ਕਹਿ ਦਈਏ ਵੀ ਇਹ ਹਕੂਮਤ ਲਕਸਰੀਏ ਦੇ, ਕਹਿ ਦਈਏ ਇਹ ਖਾਲਿਸਤਾਨੀ ਦੇ, ਆਪਣੀ ਮਨਮਰਜ਼ੀ ਕੀਤੀ ਉਹਦੇ ਵਿੱਚ ਸੋਡੇ ਵਿੱਚੋਂ ਵੀ ਬਹੁਤ ਹਿੱਸਾ ਗਿਆ ਹੋਣਾ। ਗੱਭਰੂ ਵੀ ਸਾਡੇ ਕਹੇ ਨੇ, ਕਹਿ ਕੇ ਗੱਭਰੂਆਂ ਨੂੰ ਲੜਾਈ ਚੰਗੀ ਲੱਗਦੀ ਹੈ, ਗੱਭਰੂਆਂ ਨੂੰ ਲੜ ਕੇ ਝੰਡਾ ਚਾੜਨਾ ਚੰਗਾ ਲੱਗਦਾ, ਗੱਭਰੂ ਨੂੰ ਵਿਧਾਨ ਸਭਾ ਨੂੰ ਘੇਰਨਾ ਚੰਗਾ ਲੱਗਦਾ, ਦਿੱਲੀ ਦੀਆਂ ਸੜਕਾਂ ਤੇ ਖਰੂ ਪਾਉਣਾ ਗੱਭਰੂਆਂ ਨੂੰ ਚੰਗਾ ਲੱਗਦਾ, ਦਿੱਲੀ ਦੀ ਇੱਟ ਖੜਕਾ ਲਿਆਂਗੇ ਇਹ ਲੋਕਾਂ ਨੂੰ ਚੰਗਾ ਲੱਗਦਾ, ਲਾਲ ਕਿਲਾ ਢਾ ਲਿਆਂਗੇ ਲੋਕਾਂ ਨੂੰ ਚੰਗਾ ਲੱਗਦਾ। ਇਹ ਗੱਲਾਂ ਭਾਵਕ ਨੇ, ਇਹ ਸੁਭਾਵਕ ਗੱਲਾਂ ਨੇ, ਇਹ ਜਜ਼ਬਾਤੀ ਗੱਲਾਂ ਨੇ, ਇਹ ਲੜਨ ਦੇ ਤਰੀਕੇ ਕਾਰ ਨਹੀਂ ਹੈ ਦੋਸਤੋ। ਦਿੱਲੀ ਦੇ ਅੱਡਾਂ ਨਾਲ ਸਾਡਾ ਕੋਈ ਰੌਲਾ ਨਹੀਂ, ਦਿੱਲੀ ਦੇ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ, ਲਾਲ ਕਿਲੇ ਦੇ ਝੰਡਾ ਚਾੜਨ ਨਾਲ ਕਾਨੂੰਨ ਨਹੀਂ ਵਾਪਸ ਹੁੰਦੇ ਦੋਸਤੋ। ਇਹ ਲੜਾਈ ਹੈ, ਇਹ ਲੜਾਈ ਹੋਈ ਹੈ ਤੇ ਫਿਰ ਹਕੂਮਤ ਨੂੰ ਬੜਾ ਮੌਕਾ ਮਿਲਿਆ। ਉਸੇ ਵੇਲੇ ਸਾਡੇ ਤੇ ਹਮਲੇ ਹੋਏ, ਉਸੇ ਵੇਲੇ ਸਾਡੇ ਤੇ ਅਟੈਕ ਹੋਏ, ਸਾਡੇ ਨੌਜਵਾਨਾਂ ਨੂੰ ਗੱਭਰੂਆਂ ਨੂੰ ਆਇਆ ਨਗਰੋਈ ਦੇ ਉੱਤੋਂ ਫੜਕੇ ਲੈ ਗਏ, 36 ਬੰਦਿਆਂ ਨੂੰ 40 ਬੰਦਿਆਂ ਨੂੰ ਕੁੱਟ ਕੁੱਟ ਕੇ ਜੇਲ੍ਹਾਂ 'ਚ ਬੰਦ ਕਰਤਾ। 27-26 ਤਰੀਕ ਨੂੰ ਘਟਨਾ ਵਾਪਰਦੀ ਹੈ, 27-28-29-30-31 ਪੰਜ ਦਿਨ ਤੱਕ ਸਾਡੇ ਗੱਭਰੂਆਂ ਨੂੰ ਥਾਣੇ 'ਚ ਕੁੱਟਦੇ ਰਹੇ ਨੇ, ਚਾਕੇ ਲੈ ਕੇ ਗਏ ਨੇ, ਜਿਹੜੇ ਮਾੜਾ ਮੋਟਾ ਕ੍ਰਾਸ ਕਰ ਗਏ ਉਹਨਾਂ ਨੂੰ ਵੀ ਚਾਕੇ ਲੈ ਗਏ, ਤੇ 47-200 ਬੰਦਿਆਂ ਨੇ 300 ਬੰਦਿਆਂ ਦੇ ਪਰਚੇ ਦਰਜ ਕਰਦੇ, ਆਹ ਸਾਰੇ ਆਗੂਆਂ ਦੇ ਪਰਚੇ ਦਰਜ ਨੇ। ਆਹ ਖੱਟੀ ਮਿਲੀ ਹੈ ਸਾਨੂੰ ਲਾਲ ਕਿਲੇ ਦੇ ਝੰਡਾ ਚਾੜਨ ਦੀ, ਤੇ ਆਹ ਕਹੇ ਦੀ ਠੀਕ ਹੈ ਗੱਲ, ਇਹ ਉਹਨਾਂ ਦਾ ਪੱਤਾ ਨਹੀਂ ਚੱਲਿਆ, ਤੁਸੀਂ ਪੱਤਾ ਫੇਰ ਕਰਤਾ, ਇਹ ਗੱਲ ਠੀਕ ਹੈ। ਤਿਰੰਗੇ ਦੀ ਬੇਅਰਦੀ ਹੋ ਗਈ, ਉਹ ਕੋਈ ਬੇਅਰਦੀ ਤਿਰੰਗੇ ਦੀ ਨਹੀਂ ਹੋਈ, ਉਹ ਝੰਡਾ ਚਾੜਨਾ ਉੱਥੇ ਕੋਈ ਝੰਡੇ ਦੀ ਤਿਰੰਗੇ ਦੀ ਬੇਅਰਦੀ ਨਹੀਂ ਹੋਈ, ਉੱਥੇ ਕੋਈ ਇਹਾ ਜਿਹਾ ਵੀ ਨਹੀਂ ਹੈ ਕਿ ਉਹ ਦੇਸ਼ ਧਰੋਹੀ ਦਾ ਕੰਮ ਕੀਤਾ ਉਹਨਾਂ ਨੇ, ਉਹ ਠੀਕ ਹੈ, ਉਹਨਾਂ ਦੀ ਗਲਤੀ ਹੋਈ ਹੈ। ਉਹ ਨੌਜਵਾਨ ਹੈ ਤਾਂ ਪੰਜਾਬ ਦੇ, ਪਰ ਉਹ ਹਕੂਮਤ ਦੀਆਂ ਚਾਲਾਂ ਚਾਹੀਦੇ, ਉਹ ਹਕੂਮਤ ਦੇ ਕਹੇ ਮੁਤਾਬਕ ਚੱਲੇ ਨੇ। ਜਦੋਂ ਹਕੂਮਤ ਰਾਹ ਦੇ ਰਹੀ ਹੈ, ਜਦੋਂ ਪੁਲਿਸ ਨਾਕੇ ਲਾ ਕੇ ਸਾਨੂੰ ਸੜਕਾਂ ਵਾਲੇ ਪਾਸੋਂ ਰੋਕ ਰਹੀ ਹੈ, ਉਹਨਾਂ ਨੇ ਸਮਝ ਨਹੀਂ ਆਇਆ ਵੀ ਲਾਲ ਕਿਲੇ ਦੇ ਗਣਤੰਤਰ ਦਿਵਸ ਦੇ ਜਿੱਥੇ ਚਿੜੀ ਦੀ ਫਰਕ ਸੀ ਉੱਥੇ ਸਾਨੂੰ ਜਾਣ ਦਾ ਕਿਵੇਂ ਮੌਕਾ ਮਿਲ ਗਿਆ, ਉੱਥੇ ਪੁਲਿਸ ਕਿਵੇਂ ਖੜੀ ਹੈ ਤੇ ਝੰਡਾ ਚੜ ਰਿਹਾ, ਆਹ ਗੱਲਾਂ ਕਿਉਂ ਨਹੀਂ ਪਰਖੀਆਂ ਗਈਆਂ, ਇਹ ਗੱਲਾਂ ਕਿਉਂ? ਕਿਉਂਕਿ ਇਹ ਕਿਹਾ ਗਿਆ ਕਿ ਲੀਡਰ ਤਾਂ ਵਿਕੇ ਹੋਏ ਨੇ, ਇਹਦਾ ਮੋਕ ਮਾਰਦੇ ਨੇ, ਇਹਦਾ ਗਿੱਟੇ ਬੜੀ ਫਿਰਦੇ ਨੇ, ਇਹ ਲੜਨ ਵਾਲੀ ਸ਼ਕਤੀ ਨਹੀਂ। ਇਹ ਗੱਲ ਠੀਕ ਹੈ ਭਰਾਵੋ, ਅਸੀਂ 75 ਸਾਲਾਂ ਦੇ ਹੋ ਗਏ, ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ, ਸਾਡੇ ਤੇ ਉਹ ਜੋਸ਼ ਨਹੀਂ, ਅਸੀਂ ਉਹ ਡਾਂਗ ਨਹੀਂ ਮਾਰ ਸਕਦੇ, ਅਸੀਂ ਉਸ ਤਰ੍ਹਾਂ ਲੜਾਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਲੜਦੇ ਹੋ, ਪਰ ਅਸੀਂ ਲੜਨਾ ਤਾਂ ਜਾਣਦੇ ਹਾਂ, ਅਸੀਂ ਮਰਨਾ ਵੀ ਜਾਣਦੇ ਹਾਂ, ਅਸੀਂ ਕੁਰਬਾਨ ਹੋਣਾ ਵੀ ਜਾਣਦੇ ਹਾਂ, ਸਾਨੂੰ ਸਾਰਾ ਕੁਛ ਆਉਂਦਾ ਹੈ, ਪਰ ਫਿਰ ਵੀ ਅਸੀਂ ਇਹ 27 ਤਰੀਕ 26 ਦੀ ਘਟਨਾ ਨੂੰ ਦੋ ਸਿਲੰਡਰਾਂ ਦੇ ਵਿੱਚ ਸੰਭਾਲ ਲਿਆ। ਤੁਹਾਨੂੰ ਨਹੀਂ ਪਤਾ ਲੱਗਿਆ ਕਿ 26 ਤਰੀਕ ਦੀ ਘਟਨਾ ਦੇ ਨਾਲ ਹੋਇਆ ਕੀ?
हरियाणे के किसानों के रोस आ गया, हरियाणा मुड़ गया। अच्छा फिर तुम एक काम कर रहे थे, आही काम सी भी तुम खालसा झंडा चढ़ने वास्ते आना सी, थोड़े को कानूना कानूना की गल नहीं है। बहुत रुस्से, बहुत मुड़े, बहुत ताने मैंने सुने। यूपी वाले रोस सी पर दो दिन सारी गल नंगी होगी। यूपी वाले भी पता लग गया, हरियाणे वाले भी पता लग गया, दो दिन सारी की सारी जनता वापस थोड़ी पिट दे आ गई। बीजेपी का पत्ता कुटता तुम, एक फिरकू पत्ता कुटना मरदा सी, एनी खातर अपने किन्ने बंदे छड़ाए हुए, पर होया कि वह फिरकू पत्ता चल गया। बीजेपी चाहती की, बीजेपी चाहती थी कि मैं खालिस्तानी कहा सी, इन्हां नूं एक खालिस्तानी साबित हो गए। मैं नक्सलवाड़िया कहा जी, यह नक्सलवाड़िए साबित हो गए। यह कानूना की खातर नहीं आए, यह तो खुड़दल मचाने आए हैं, यह तो हिंसा करने आए हैं। तुम कहते हिंसक नहीं है, यह तो शांतमय प्रोग्राम करने आए थे, पर हिंसक बनाने की कोशिश की और सारी भरावो कुटी गई। यह फिरकू पता अपने उन्होंने फेर दिया। दूजी गल यह कि असी आपकी गल दो दिनों के साफ करके असी जता दी लोगों को कि यह लड़ाई किसी धर्म की नहीं है, यह लड़ाई किसी एक जात की लड़ाई नहीं है, यह धर्म निरपक्ष लोगों की लड़ाई है, यह किते की लड़ाई है, यह पंजाब के लोगों की लड़ाई नहीं है, यह हिंदुस्तान के किसानों की लड़ाई है, यह कानून की लड़ाई है, यह कानून के खिलाफ की हुई लड़ाई है। इस करके धर्म की रंग देने की कोशिश ना की जाए, यह असी बहुत मौज नाल कुटी है प्रभु। पर तुहानू इस गल दा तां पता है, जिस दिन आपां इह संघर्ष छेड़िया सी तुहानू दस्सिया सी कि प्रभु यह लड़ाई मोदी नाल नहीं है, यह लड़ाई विश्व व्यापार संस्था नाल है, यह WTO दी नीतियां नाल लड़ाई है, यह छोटी लड़ाई नहीं है, हफ्तां दी लड़ाई नहीं है, यह महीनिया की लड़ाई भी नहीं है। विश्व व्यापार संस्था दी नीतियां मूंह मोड़ना है, विश्व व्यापार संस्था दी नीतियां पिछे मोड़न की खातर कली मोदी की बाह मरोने तो नहीं सकना। मोदी की ना दी ना इसकी धमक दूजा मुल्कों के भी पैनी चाहिए है। और साम्राज्य मुल्क जेडे मोदी सरकार की बाह मरोड़ते हैं, जिन्हें 1997 नरसे महाराव साइन करके मजबूर किया, उत्थे भी धमक पैनी चाहिए है। बारे बारे जाइए बहादुरों छोटे, और बारे बारे जाइए पाग वाले सरदारों, और बारे बारे जाइए मेरे बसंती चुनिया वाली भैनों, तुसीं धमक विदेशों के भी पा दी, विदेशों के बजारे हो गए, साम्राज्य मुल्कों च बजारे हो गए, कनेडा की पार्लीमेंट के गल चल लग गई, अमरीका की पार्लीमेंट, यूके की पार्लीमेंट के गल चल लग गई। छोटे संघर्ष ने बहुत दूर तक अपनी गल पहुंचा दी। इस करके मेरे दोस्तों इन्हों कानूनों जिते गल कह रहे हैं मोदी साहब, मोदी से तोमर कहने ने, अरे भाई हमें जे तो बता दो इन कानूनों में काला क्या है। ओए भड़िया जहान दिया, एदा सारे ने सारे काले ने, इन्हों ने ऐदा दस दे भी इन चिट्टा की आ, इहदे विच चिट्टी कुछ नहीं, सारा काले दा काला है। अज का बयान है मोदी का, कहना कानून बहुत अच्छे ने, मैं लोगों के फायदे कर रहा, पर लोग गमराह हुए हुए ने। आ जिहड़ा लखां दा कट्ठ बैठा है, यह भरावो गमराह आया होया है, इन्हू गमराह करके लिया सी, क्योंकि असी पेंशन मंगनिया ने, क्योंकि असी नौकरियां मंगनिया ने, क्योंकि स्टेज तो थोड़े ना वादा करना कि जदों साडी सत्ता ते आ गए असीं कर्जा माफ कर देंगे। कि इह जिहा कुछ करके तां नहीं भाई तुहाडे नाल लैंदा, आ गल करके तां नहीं तुहानूं लैंदा, अज तां तुहानूं इस गल करके लैंदा कि लड़ाई दा मैदान भखिया होया, दिल्ली दा मोर्चा लग्या होया, हाड़ी दी रुत्त आ रही है, मोर्चा लम्मा चलूगा, सरकार अड़ी हुई है, पहलवान डिग्गिया होया, पहलवान चित करना बाकी है, थोड़ी जी ताकत दी होर लोड़ है। Oh,
पहला भाई मैं सुनू है पूछदा आप जिते पहली बार ये अंदोलन छेड़े आप पूछा सी ना भी हंकारे हुए पहलवान नाल टक्कर है उस पहलवान नाल टक्कर है जिदा कोई सानी नहीं जिदा कहा जाता है कि मोदी है तो मुमकिन है 56 इंच की छाती वाले ने जो फैसला करता वो वापस नहीं होता पर जो मत्था लग्या मत्था पंजाबियों नाल लग गया मत्था पवन सेना नाल लग गया मत्था उस पंजाब के पहलवान लग गया जिन्हें खाड़े फिरदे पहलवान की घोड़ी का कंडियाला हाथ च पड़ के चैलेंज किया उत्तर देखांगे तेरे नाल दो हाथ उस दिन का फैसला किया मोदी चक पे कह रहे हैं ना 2 मिनट की कार की दूरी है बात करने में 2 मिनट की दूरी आज किमें होगी ना नोटबंदी वेले हुई ना GST वेले हुई ना LCR वेले हुई ना धारा 370 लाई है उदो हुई ना जब 3 लाखों का कानून पास किया उदो अज फिर क्यों होगी भाई 2 मिनट की दूरी से गलबात अज 2 मिनट की दूरी से गलबात किने करवाई है आज सिरा वाले तुसी ने करवाई है भाई अड़खा वाले तुसी ने करवाई है दुनिया के हाल पैदा करती पछता है मोदी पछता है राजेवाल साहब नु कह रहे हैं कि राजेवाल साहब इसमें इतनी अमेंडमेंट करवा दो कि जे कानून काम की ना रहे दूजी गल की कह रहे हैं कहना रपील का शब्द कर दो रद्द ना कहो जो मर्जी करवा लो कला रद्द ना करो फिर असी कहने भी रद्द नहीं कहने भाई ये तेरे कानून काम दे नहीं इन्हों चूल्हे च डाल हूं तो नहीं रद्द किया रद्द तो नहीं कहा इस करके जी सरकार है ये सरकार बहुत चालबाज है ये बहुत चलाक है छोटे च गल चलिया ने अक्सर जी अभी रैली की भरावो छोटे च गल चलिया ने कि जथेबंदियां पाट गया जथेबंदियां खिड़ गया संयुक्त मोर्चा टुट गया फलाना है कहना चमकाना है कहना आ सारिया जथेबंदियां थोड़े सामने बैठी आ सारा संयुक्त मोर्चा थोड़े सामने बैठे सारा पंजाब एकजुट है असी 40-45 जथेबंदियां पंजाब दियां सारिया जथेबंदियां अडो अडा ये कोई रौला नहीं असी अज भी अडा तो कल भी अडा पर असी कानूनों के मसले से एक मैं तुम्हें पूछना चाहना भरावो जेडे दो सके भरा ने जे वो आप कद बोलते ना हो घर का झगड़ा हो जाए जमीन का ना हो जाए वो कट्ठे कदों होंगे होंगे ने जो दूजे सके भरा से दुश्मन हमला करते उदो नहीं देखते भी सा जमीन का रौला असि इस करके कट्ठे हाँ कि साडे बच्चे भी राज की भी रोटी जाती है गुरदू की भी जाती है कलवंत की भी जाती है तो मेरी भी जाती है साढ़े बच्चों की रोटी का सवाल है साढ़े भविख का सवाल है साड़ी विरासत का सवाल है असी जथेबंदियां लख अड हुई सारिया दारिया जथेबंदियां कलिया पंजाब दिया हिंदुस्तान दिया जथेबंदियां इस करते एक मुठ से एकजुट ने कि कानून रद्द कराने तक लड़ते रहेंगे ये एकजुट ने कोई बखरेवा नहीं हाँ यह गल कही जा रही है एक जियो चैनल का इन्होंने फड़िया पिछे बंदा उन्हें जाके एक दिन खाली पंडाल पंडाल की फोटो लैली कहना देखो जी जथेबंदियों का हजा हाल है आ माड़ा हाल है पंडाल दे विच कोई बंदा नहीं रहा वो फोटो बयान कर रहा है वो ते कहते भी इन्ना माड़ा हाल है सिंघू बार्डर से ना कहते भी उत्थे तो कोई बंदा ही नहीं रहा आता कट्ठी तुर गया जिथे ट्रालियां खड़िया थी 2 लंगर दियां पहले हिल के इधर उधर बागियां वो ट्रालियां फोटो लैनिया उस बाद असीं सिंघू बार्डर गए
एक मीटिंग वास्ते जदों असीं कट दा काफला देखिया ਉਹ ਕਾਫਲਾ ਤਾਂ ਉਦੋਂ ਵੀ ਵਧਿਆ ਹੋਇਆ ਸੀ ਕਿਤੇ ਸ਼ਿੱਦ ਨਾ ਦਿਖੀ ਜਾਨੀ ਉਹ ਐਡੀ ਚਲਾਕੀ ਕਰ ਰਹੇ ਨੇ ਜੇ ਕੋਈ ਭਲਾ ਆਪਣੇ ਗਾਂ ਤੋਂ ਬਾਹਰ ਆ ਬਰਨਾਲੇ ਦੇ ਪੰਡਾਲ ਦੀ ਫੋਟੋ ਲੈ ਕੇ ਵਾਇਰਲ ਕਰਦੇ ਕਿ ਬਰਨਾਲੇ ਦੇ ਕੱਟ ਦਾ ਜਲੂਸ ਨਿਕਲ ਗਿਆ ਸਾਰਾ ਪੰਡਾਲ ਖਾਲੀ ਪਿਆ ਤੁਸੀਂ ਜਿਹੜੇ ਦੇਖ ਕੇ ਬਾਬਾ ਜੀ ਸੱਚ ਮੰਨ ਲਓ ਨਹੀਂ ਨਾ ਮੰਨਦੇ ਆਹ ਜਿਹੜੇ ਲੋਕ ਉੱਥੇ ਅੰਦੋਲਨ ਚਲਾ ਰਹੇ ਨੇ ਇਹਨਾਂ ਨੂੰ ਪਤਾ ਹੀ ਲੱਗਿਆ ਵੀ ਸਾਡੇ ਸਿੰਘੂ ਬਰਨਾਲੇ ਸਾਰੇ ਸਾਡੀ ਵਾਪਸ ਮੁੜ ਕੇ ਇੱਥੇ ਕਲੇਰੇ ਨੇ हाँ यह गल ठीक है भरा जिदे साडा कट घट गया जिदे मोर्चे दे विच कोई कमजोरी आ गई जिदे मोर्चे दे विच कोई कमी पेशी आ गई जिदे राशन रूशन की सप्लाई थोड़ी घट गई जिदे थोड़ी समर्था साडे अंदोलन की हमायत करन की समर्था थोड़ी घट गई असीं झोली लैके थोड़े कोल आवांगे मित्रों आए कहांगे भी झोलियां खाली ने फंड मुक गया पानी नहीं हैगा राशन नहीं मच्छर खांदा बीमार हां कपड़े कुपड़े है नहीं भाई साड़ी फसल भी खराब होगी सानू भरोसा प्रभो तुसी साड़ियां झोलियां भर दोगे झोलियां सानू इस गल दा भरोसा और जे जिंदगी भी लग जे सानू इह महंगी नहीं भाई इह जिन्ने दी गल करदे ने इह किसान दी गल करदे ने इह गुरुआं दी गल करदे ने असी जिंदगी भी ला लईए तां वी सस्ती है तुहाडे खातर दा प्रभो जिंदगी लाउणी दी किहड़ियां गल्लां करदे हो कहने ने एक दिन मैं कल चंडीगढ़ बोल के आया कह रहे ने कहते चंडीगढ़ बोल के आया एक चाइना वाला मेनु सवाल करता है कहना अग्राह साहब तुम चंडीगढ़ की स्टेज तो बोलियो के आ बैठा रुड्डू इन हाथ ला के टकाओ तुसी ने दिल्ली दी पुलिस नु चैलेंज किया है मैं तो अज भी कहना भी आ बैठा रुड्डू हाथ ला के ऐसे रुड्डू की गल ए भाई मैं किहदे सिर ते बोलना भला मेरे याद है छनाले बैठे होने छनाले भरा बैठे होने मेरे याद है 2006 की याद है मेरे मार्च की मार्च महीने की गल याद है 6 मार्च का दिन थी 2006 मेरे घरे छापा पे मेनू पुलिस ने घेरा पा के फड़ लिया पर जदों मैं पिंड चो बाहर निकलिया पिंड दे विच नहीं गया मैनू गुरुद्वारे मत्था टेकन लोक लैके गए ते गुरुद्वारे विच पुलिस नहीं वड़ दित्ती पुलिस की हाजरी दे विच लोकां ने मैनू बाहर कढ़ता ते मैनू पुलिस हुण तक नहीं फड़ सकी डाके मारन वाला बंदा ये डाके मारन बंदे आही उम्र रही बड़ी थी डाके मारनी इस तरह झूठी से फलैटी हुकूमत है ये हुकूमत फिरका प्रस्त फासीवादी हुकूमत है ਇਹਦੇ ਕਰਤਾਰ ਬਹੁਤ ਮਾੜਾ ਹੈ ਇਹਨੂੰ ਅੱਜ ਤੱਕ ਕੋਈ ਟੱਕਰਿਆ ਨਹੀਂ ਸੀ ਇਸ ਕਰਕੇ ਤੁਸੀਂ ਟੱਕਰੇ ਹੋ ਤੁਸੀਂ ਟੱਕਰ ਦਿੱਤੀ ਹੈ ਬਹੁਤ ਵਧੀਆ ਤੁਹਾਡੇ ਬਾਰੇ ਜਾਈਏ ਤੁਹਾਨੂੰ ਸਲਾਮ ਹੈ ਬਾਈ ਤੁਹਾਨੂੰ ਸਲਾਮ ਇਸ ਗੱਲ ਦੀ ਤੁਹਾਨੂੰ ਸਲਾਮ ਇਸ ਗੱਲ ਦੀ ਵੀ ਹੈ ਉਹ ਤੁਹਾਡੇ ਵਿੱਚ ਜੂਤ ਬੈਠਾ ਬਹੁਤ ਸਾਰਾ ਜੂਤ ਮੈਂ ਹੈਰਾਨ ਹਾਂ ਮੈਂ ਹਰੇਕ ਸਟੇਜ ਤੋਂ ਬੋਲਦਾ ਹੁੰਦਾ ਇੱਕ ਦਿਨ ਰਾਤ ਨੂੰ ਟਿਕਰੀ ਦੇ ਵਿੱਚ ਅਸੀਂ ਰਾਤ ਨੂੰ ਦੌਰਾ ਕੀਤਾ ਮੈਂ ਨਾਲ ਮੇਰੇ ਰੂਪ ਛੰਨਾ ਸੀ ਮੈਂ ਇਹਨੂੰ ਕਿਹਾ ਵੀ ਅੱਜ ਆਪਾਂ ਬੰਦੇ ਦੇਖਦੇ ਨੇ ਵੀ ਦਾਰੂ ਵਾਲੇ ਕਿੰਨੇ ਡੈਂਕਾਂ ਕਿੰਨੀਆਂ ਵਜਾਉਂਦੇ ਨੇ ਭੰਗੜੇ ਕਿੰਨੇ ਪਾਉਂਦੇ ਫਿਰਦੇ ਨੇ ਦੇਖਣਾ ਤੇ ਮਾਈਆਂ ਨੂੰ ਪੁੱਛਣਾ ਵੀ ਤੁਹਾਨੂੰ ਦਾਰੂ ਵਾਲਾ ਕੋਈ ਤੰਗਤਾ ਨਹੀਂ ਕਰਦਾ ਜਦੋਂ ਅਸੀਂ ਪੰਡਾਲ ਦੇ ਵਿੱਚੋਂ ਦੀ ਲੰਘੇ ਆ ਸਾਨੂੰ ਜਿੰਨੇ ਨੌਜਵਾਨ ਗੱਭਰੂ ਮਿਲੇ ਬਾਈ ਕਿਸੇ ਦੀ ਦਾਰੂ ਪੀਤੀ ਹੋਈ ਮੇਰੀ ਉਮਰ ਦਾ ਤਾਂ ਬਾਈ ਇੱਕ ਪੀ ਫਿਰਦਾ ਸੀ ਬੈਕ ਲਾਈ ਇੱਕ ਬਾਈ ਵੀ ਜਾਂਦਾ ਸੀ ਮੇਰੀ ਉਮਰ ਵਾਲੇ ਤਾਂ ਪੀਂਦੇ ਸੀ ਉਹਨਾਂ ਦੀਆਂ ਪੁਰਾਣੀਆਂ ਆਦਤਾਂ ਨੇ ਪਰ ਖੁਸ਼ੀ ਇਹ ਹੋਈ ਵੀ ਸਾਨੂੰ ਪੰਡਾਲ ਦੇ ਵਿੱਚ ਕੋਈ ਬੱਚਾ ਮੁੰਡਾ ਦਾਰੂ ਵਾਲਾ ਨਹੀਂ ਮਿਲਿਆ ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ 3 ਮਹੀਨਿਆਂ ਦੇ ਵਿੱਚ ਅਸੀਂ ਕ੍ਰੈਸ਼ ਦੀ ਕੋਈ ਖਾਲੀ ਬੋਤਲ ਉੱਤੇ ਪਈ ਨਹੀਂ ਦੇਖੀ ਅਸੀਂ 3 ਮਹੀਨਿਆਂ ਦੇ ਵਿੱਚ ਕੋਈ ਚਿੱਟੇ ਵਾਲਾ ਮੁੰਡਾ ਨਸ਼ੇ ਨਾਲ ਡਿੱਗਿਆ ਪਿਆ ਨਹੀਂ ਦੇਖਿਆ ਅਸੀਂ 3 ਮਹੀਨਿਆਂ ਦੇ ਵਿੱਚ ਸਾਡੇ ਕੋਲੇ ਇੱਕ ਵੀ ਨਹੀਂ ਨਿਸ਼ਾਨੀ ਆਈ ਕਿ ਉਹ ਮੁੰਡਾ ਨਸ਼ਾ ਕਰਕੇ ਸਮੈਕ ਪੀ ਕੇ ਚਿੱਟਾ ਕਰਕੇ ਸ਼ਹੀਦ ਹੋ ਗਿਆ ਪਰ ਅਫਸੋਸ ਸਾਨੂੰ ਉਦੋਂ ਹੁੰਦਾ ਜਦੋਂ ਸਾਡੇ 200 ਬੰਦੇ ਸ਼ਹੀਦ ਹੁੰਦੇ ਨੇ
250 ਬੰਦਿਆਂ ਦੇ ਵਿੱਚ ਸ਼ਹੀਦ ਹੁੰਦਾ ਇੱਕ 17 ਸਾਲ ਦਾ ਮੁੰਡਾ ਜਾਂ ਕਿਕਰਾਂ ਦਾ ਮੁੰਡਾ ਸ਼ਹੀਦ ਹੁੰਦਾ ਕਲੌਤਾ ਪੁੱਤਰ ਉਹ ਸ਼ਹੀਦ ਹੁੰਦਾ ਜਦੋਂ ਆਹ ਮਾੜੀ ਸਰਕਾਰ ਦੇ ਮੂੰਹ ਚੋਂ ਇੱਕ ਦਿਨ ਵੀ ਨਿਕਲਿਆ ਹੋਵੇ ਕਿ ਕਿਸਾਨ ਅੰਦੋਲਨ ਦੇ ਵਿੱਚ 214 ਬੰਦੇ ਸ਼ਹੀਦ ਹੋ ਗਏ ਕਦੇ ਐ ਨਿਕਲਿਆ ਹੋਵੇ ਵੀ ਬਹੁਤ ਮਾੜੀ ਗੱਲ ਹੋ ਗਈ ਅਸੀਂ ਦੁਸ਼ਮਣ ਦਾ ਬੱਚਾ ਮਰ ਜਾਵੇ ਤਾਂ ਵੀ ਜਾ ਕੇ ਘਰੇ ਜਾ ਕੇ ਬੈਠ ਜਾਂਦੇ ਰਾਜੇਵਾਲ ਸਾਹਿਬ ਨੇ ਜਦੋਂ ਉਹਨਾਂ ਨੇ ਕਿਹਾ ਗੱਲ ਛੇੜਨ ਲੱਗੇ ਮੀਟਿੰਗ ਦੇ ਵਿੱਚ ਗੱਲ ਛੇੜਨ ਲੱਗੇ ਤਾਂ ਰਾਜੇਵਾਲ ਸਾਹਿਬ ਨੇ ਕਿਹਾ ਵੀ 2 ਮਿੰਟ ਦਾ ਸਾਡੇ ਮਹੌਲ ਸ਼ਹੀਦਾਂ ਨੂੰ ਜਿਹੜੇ ਨੂੰ ਸ਼ਰਧਾਂਜਲੀ ਦਾ ਦੇ ਦਿਓ ਜਿਹੜੇ ਦੁੱਖ ਸ਼ਹੀਦ ਹੋ ਗਏ ਬੇਸ਼ਰਮੀ ਭਰੇ ਨੂੰ ਖੜਾ ਹੋਣਾ ਪੈ ਗਿਆ ਖੜਾ ਹੋਣਾ ਪੈ ਗਿਆ 1 ਮਿੰਟ ਵਾਸਤੇ ਸਾਡੇ ਨਾਲ ਕੋਈ ਹਮਦਰਦੀ ਜਿਹੜੀ 17 ਸਾਲ ਦੇ ਮੁੰਡੇ ਦੇ ਲਾਸ਼ਾਂ ਜਦੋਂ ਘਰਾਂ 'ਚ ਜਾਂਦੀਆਂ ਨੇ ਬਾਈ ਉਦੋਂ ਜਿਹੜਾ ਨਾਲ ਲਾਸ਼ ਨੂੰ ਲੈ ਕੇ ਜਾਂਦਾ ਜਿਹੜਾ ਉਸ ਲਾਸ਼ ਨੂੰ ਉਹਨੂੰ ਮੁੰਡੇ ਨੂੰ ਨਾਲ ਲੈ ਕੇ ਆਉਂਦਾ ਜਦੋਂ ਵਾਪਸ ਉਹਦੇ ਘਰ ਦੇ ਵਿੱਚ ਲਾਸ਼ ਜਾਂਦੀ ਆ ਤਾਂ ਉਹਦਾ ਹਿੱਸਾ ਦੇਖਣਾ ਚਾਹੀਦਾ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਨੇ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਨੇ ਵੀ ਮਿਸਤਰੀ ਇੱਕ ਧਨੌਲੇ ਦਾ ਉੱਥੇ ਮਿਸਤਰੀ ਵੀ ਨਹੀਂ ਸੀ ਉਹ ਲਾਲਾ ਸ਼ਹੀਦ ਕਾਲ ਕਰਦਾ ਸੀ ਇੱਕ ਮਿਸਤਰੀ ਦਾ ਆ ਗਿਆ ਰਾਤ ਨੂੰ ਗੱਡੀ ਦੇ ਵਿੱਚ ਮੱਚ ਕੇ ਸ਼ਹੀਦ ਹੋ ਗਿਆ ਸਾਰੇ ਦਾ ਸਾਰਾ ਸਰੀਰ ਮੱਚ ਕਈਆਂ ਵਾਰਦਾਤਾਂ ਦੇਖਣੀਆਂ ਪਈਆਂ ਪਰ ਸਰਕਾਰ ਨੂੰ ਕੋਈ ਮਤਲਬ ਨਹੀਂ ਤੁਸੀਂ ਮਰੋ ਖੱਪੋ ਡਿੱਗੋ ਕਰੋ ਸਰਕਾਰ ਨੂੰ ਕੋਈ ਮਤਲਬ ਨਹੀਂ ਇਹ ਤੁਹਾਡੀ ਸਰਕਾਰ ਸਕੂਲ ਨਹੀਂ ਹੈ ਦੋਸਤੋ ਇਹ ਫਾਸੀਵਾਦੀ ਹਕੂਮਤ ਕਾਰਪੋਰੇਟ ਘਰਾਂ ਦੇ ਫਾਇਦੇ ਦੀ ਗੱਲ ਕਰਦੀ ਹੈ ਕਾਰਪੋਰੇਟ ਘਰਾਂ ਦੇ ਭਲੇ ਦੀ ਗੱਲ ਕਰਦੀ ਹੈ ਇਹਦੇ ਖਿਲਾਫ ਲੜਨਾ ਪੈਣਾ ਜੂਝਣਾ ਪੈਣਾ ਖੜਨਾ ਪੈਣਾ ਤੇ ਫੈਸਲਾ ਕਰਨਾ ਪੈਣਾ ਕਿ ਜਿੰਨਾ ਚ ਇਹ ਜੰਗ ਨਹੀਂ ਦਿੱਤੀ ਜਾਂਦੀ ਇਹ ਜੰਗ ਵੀ ਜਿੱਤਾਂਗੇ ਇੱਕ ਅਗਲੀ ਜੰਗ ਹੈ ਇਸ ਤੋਂ ਵੀ ਵੱਡੀ ਜੰਗ ਹੈ ਉਹ ਜੰਗ ਦੇ ਵਿੱਚ ਹਿੱਸਾ ਵੀ ਪਾਵਾਂਗੇ ਤੇ ਉਹ ਜੰਗ ਨੂੰ ਜਿੱਤ ਤੱਕ ਵੀ ਲੈ ਕੇ ਜਾਵਾਂਗੇ ਇਸ ਕਰਕੇ ਮੈਂ ਤੁਹਾਡੇ ਕੋਲ ਇਹ ਆਸ ਕਰਦਾ ਵੀ ਤੁਸੀਂ ਇਸ ਅੰਦੋਲਨ ਦੇ ਵਿੱਚ ਜਿਵੇਂ ਗੱਜ ਵੱਜ ਕੇ ਆਏ ਹਾੜੀ ਰੁੱਤ ਦੇ ਵਿੱਚ ਵੀ ਇਸੇ ਤਰ੍ਹਾਂ ਗੱਜ ਵੱਜ ਕੇ ਆਏ ਹੁਣ ਮੈਂ 2-3 ਪ੍ਰੋਗਰਾਮਾਂ ਦਾ ਐਲਾਨ ਕਰਨਾ ਹੈ ਮੈਂ ਤੁਹਾਨੂੰ ਆਸ ਕਰਦਾ ਵੀ ਤੁਸੀਂ ਇਹ 2-3 ਪ੍ਰੋਗਰਾਮ ਬੜੀ ਸਿੱਧਕ ਦੇ ਨਾਲ ਲਾਗੂ ਕਰੋਗੇ ਜਿਹੜੇ 3 ਪ੍ਰੋਗਰਾਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਣ ਜਾ ਰਹੇ ਹਾਂ ਇੱਕ ਹੈਗਾ 30 ਫਰਵਰੀ ਦਾ ਚਾਚਾ ਅਜੀਤ ਸਿੰਘ ਦਾ ਦਿਹਾੜਾ ਉਹ ਜਨਮ ਦਿਨ ਹੈ 23 ਫਰਵਰੀ ਵਾਲੇ ਦਿਨ ਸੰਯੁਕਤ ਮੋਰਚੇ ਦਾ ਫੈਸਲਾ ਹੈ ਵੀ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਜਿਹੜੀਆਂ ਸਾਡੀਆਂ ਸਟੇਜਾਂ ਲੱਗਣਗੀਆਂ ਪੰਜਾਬ 'ਚ ਚੱਲਦੀਆਂ ਨੇ ਉਹਨਾਂ 'ਤੇ ਜਿਹੜੀਆਂ ਦਿੱਲੀ ਚੱਲਦੀਆਂ ਨੇ ਉਹਨਾਂ 'ਤੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਉਣਾ ਦੂਜਾ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਅਸੀਂ ਮੀਟਿੰਗ ਦੇ ਵਿੱਚ ਵੀ ਰੱਖੀ ਸੀ ਗੱਲ ਕਿ 27 ਫਰਵਰੀ ਵਾਲੇ ਦਿਨ ਆਪਾਂ ਸਾਰਿਆਂ ਨੇ ਦਿੱਲੀ ਜਾਣਾ ਹੈ ਇੱਕ ਝੁੱਟੀ ਹੋਰ ਮਾਰਨੀ ਹੈ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਨਾ ਉਹਦੀ ਤੁਸੀਂ ਤਿਆਰੀ ਹੁਣ ਤੋਂ ਹੀ ਕਰ ਲਓ ਕਿ 1 ਦਿਨ ਵਾਸਤੇ ਜਾਂ 26 ਜਾਂ 27 ਲੱਗ ਜਾਵੇ ਜਾਂ 27 ਤੇ 28 ਲੱਗ ਜਾਵੇ 27 ਨੂੰ ਉੱਥੇ ਹਾਜ਼ਰ ਹੋਣਾ ਕਿਸੇ ਵੇਲੇ ਤਰੋ 26 ਤਰੀਕ ਨੂੰ 27 ਤਰੀਕ ਨੂੰ ਦਿੱਲੀ ਵੱਲ ਮਹਾਰਾ ਘੱਟੋ ਅਗਲਾ ਪ੍ਰੋਗਰਾਮ ਹੈ 8 ਮਾਰਚ ਦਾ ਔਰਤ ਦਿਵਸ ਹੈ ਔਰਤ ਦਿਵਸ ਆਪਾਂ ਹਰ ਸਾਲ ਮਨਾਉਂਦੇ ਹਾਂ ਇਸ ਸਾਲ ਆਪਣੀ ਸਕੀਮ ਹੈ ਵੀ ਔਰਤ ਦਿਵਸ ਆਪਾਂ ਦਿੱਲੀ ਦੇ ਵਿੱਚ ਮਨਾ ਲਈਏ ਦਿੱਲੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ 8 ਮਾਰਚ ਨੂੰ ਕਲੀਆਂ ਭੈਣਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋਣ ਤੇ ਅਸੀਂ ਦਿੱਲੀ ਦੇ ਵਿੱਚ ਔਰਤ ਦਿਵਸ ਮਨਾਈਏ ਅਸੀਂ ਇਹ ਸੱਦੇ ਸੰਯੁਕਤ ਮੋਰਚੇ 'ਚ ਵੀ ਰੱਖਾਂਗੇ ਤੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਵੀ ਇਹ ਸੱਦੇ ਲਾਗੂ ਕੀਤੇ ਜਾਣ ਪਾਸ ਹੋ ਗਿਆ ਕਹਿੰਦੇ ਸੰਯੁਕਤ ਮੋਰਚੇ ਵੱਲੋਂ ਵੀ ਇਸ ਕਰਕੇ ਭਰਾਵੋ ਇਹ ਪ੍ਰੋਗਰਾਮ ਇਸੇ ਤਰ੍ਹਾਂ ਲਾਗੂ ਕਰਨੇ ਨੇ ਲਾਸਟ ਦੇ ਵਿੱਚ ਜਾਂਦੇ ਜਾਂਦੇ ਸੁਣ ਲਿਓ ਜਾਂਦੇ ਜਾਂਦੇ ਬਾਈ 1 ਮਿੰਟ ਖੜ ਕੇ ਸੁਣ ਲਿਓ 1 ਮਿੰਟ ਦੀ ਗੱਲ ਮੁੱਕਦੀ ਹੈ ਨਹੀਂ ਨਹੀਂ ਛੱਡ ਕੋਈ ਨਹੀਂ ਉੱਠਦੇ ਹੁੰਦੇ ਨੇ ਆਪਾਂ ਜਦੋਂ ਇਹੋ ਜਿਹੇ ਸੀ ਆਪਾਂ ਗਏ ਹੋਏ ਇਸ ਕਰਕੇ ਭਰਾਵੋ ਸੁਣ ਲਓ ਮੇਰੀ ਗੱਲ ਇਕੱਠ ਵੱਡਾ ਹੁਣ
ਤੁਸੀਂ ਆਏ ਹੋ ਸੁੱਖ ਸਾਗਰ ਵਾਲੇ ਤੇ ਪਹੁੰਚੇ ਹੋ ਮੈਂ ਇਸ ਗੱਲ ਦੀ ਵਧਾਈ ਦੇਣਾ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੁੜਦੇ ਵੇਲੇ ਕੋਈ ਬਸ ਠੇਕੇ ਚ ਨਾ ਹੋਵੇ ਕੋਈ ਵੀ ਡਰਾਈਵਰ ਸ਼ਰਾਬੀ ਨਾ ਹੋਵੇ ਕੋਈ ਕਹਾ ਨਾ ਕਰੇ ਇੱਕ ਦੂਜੇ ਨੂੰ ਕੱਟਣ ਦੀ ਸੁੱਖ ਸਾਗਰ ਨਾਲ ਕਰੇ ਜਾਏ ਇਸੇ ਦੀ ਆਪਣੀ ਜਿੱਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ।